गल आ ना, मैं बार बार कहना भी लोकी जिहड़ा देसी गुड़ देसी तुसीं लिख के लाओ पे इत्थे गुड़ खंड वाला गुड़ दिंदे लिखो, लोकी खरीदना खरीदन, खंड वाला नहीं खरीदना ना खरीदन। आपां इनग्रीडियंट नहीं लिखते भी साडी चीज़ च आ लेबल लगा इहदे च आ चीज़ हैगी, तुसीं लिखो खंड इन्नी पाउंदे आ। यार जदों तुहाड़े कोल बंदा आउंदा उह कहिंदा मैं गुड़ वाली चाह पीणी आ, उह बंदा घर जा के कहिंदा मैं शक्कर घिओ देसी घिओ शक्कर पिलाई जाते, मेरे हुण भी पिलाते हैं। वो जद उत्ते एक्सपायरी नहीं लिखी, उत्ते डेट एड्रैस नहीं किने पैक किया लिखा जी टी रोड पंजाब इंडिया। यार कल नूं कुछ हो जाए पानी पी के किनू फड़ोंगे दसो, उस पानी ते कोई एड्रैस ही नहीं किने पैक किया कित्थे। साडे नाल मौजूद आ जो कि सोशल मीडिया के उत्ते बहुत वायरल होंदे पए आ डॉक्टर लखवीर सिंह जी, जो कि अज जो भी आप खाण पीन खाते पे है जो मिलावटी चीज़ा उन्हों का पर्दाफाश करते हैं। ਸਾਡੇ ਨਾਲ ਵੀ ਡਾਕਟਰ ਸਾਹਿਬ ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ, ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਧੰਨਵਾਦ। ਅੱਛਾ ਡਾਕਟਰ ਸਾਹਿਬ, ਆਪਾਂ ਤੁਹਾਨੂੰ ਸਵਾਲ ਕਰਦੇ ਹੈਗੇ ਕਿ ਜਿੱਦਾਂ ਕਿ ਅੱਜ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ, ਇਹ ਕੁਝ ਕੁ ਸਮੇਂ ਦੇ ਵਿੱਚ ਹੀ ਆਏ ਹੋ ਤੇ ਪਹਿਲਾਂ ਕਿੱਥੇ ਸੀਗੇ ਸਰ? ਵੈਸੇ ਤਾਂ ਜਿਹੜੀਆਂ ਘਟਨਾਵਾਂ ਆ ਉਹ ਇਹ ਤੋਂ ਕਿਤੇ ਵੱਡੀਆਂ ਮੈਂ ਫੇਸ ਕੀਤੀਆਂ। ਮੈਂ ਮੀਡੀਆ 'ਚ ਬਹੁਤ ਵਾਰੀ ਕਹਿ ਚੁੱਕਾ ਵੀ ਜਦੋਂ ਮੇਰਾ ਸ਼ੁਰੂਆਤੀ ਦੌਰ ਸੀ 2021 'ਚ, ਉਦੋਂ ਤਾਂ ਮੇਰੀ ਬਦਲੀ ਫਾਜ਼ਿਲਕਾ ਕਰਤੀ, ਉਦੋਂ ਮੇਰਾ ਦਸੂਹਾ ਘਰਾਓ ਹੁੰਦਾ, ਉਦੋਂ ਮੇਰਾ ਦੋਧੀਆਂ ਵੱਲੋਂ ਘਰਾਓ ਹੁੰਦਾ ਹੁਸ਼ਿਆਰਪੁਰ 'ਚ। ਇੱਦਾਂ ਦੀ ਤਾਂ ਘਟਨਾ ਹੁਣ ਕੋਈ ਵੀ ਨਹੀਂ ਵਾਪਰੀ। ਸੋ ਮੈਨੂੰ ਇੱਦਾਂ ਲੱਗਦਾ ਵੀ ਇਹ ਸਾਰਾ ਅਕਾਲ ਪੁਰਖ ਦੀ ਆਪਣੀ ਮਰਜ਼ੀ ਆ, ਜਦੋਂ ਕਿਤੇ ਹਾਈਲਾਈਟ ਕਰਨਾ ਇਹ ਕਰ ਦਿੰਦਾ, ਇੱਦਾਂ ਦੀ ਗੱਲ ਨਹੀਂ। ਸਾਰਾ ਕੁਛ ਜੇ ਸੈਂਪਲਿੰਗ ਦੀ ਗੱਲ ਕਰੀਏ, ਮੈਂ ਸ਼ੁਰੂ ਤੋਂ ਹੀ ਇੱਦਾਂ ਕਰਦਾ ਸੀ। ਇਹ ਸੋਸ਼ਲ ਮੀਡੀਆ ਵੀ ਇੱਕ ਜਿੱਦਾਂ ਇੱਕ ਬਹੁਤ ਵੱਡਾ ਜ਼ਰੀਆ ਹੈ। ਜਦੋਂ ਮੈਨੂੰ ਲੱਗਿਆ ਵੀ ਜਦੋਂ ਤੁਸੀਂ ਹਾਈਲਾਈਟ ਕਰਨ 'ਤੇ ਆਏ, ਇੱਕ ਇੱਕ ਪੁਰਾਣਾ ਇੱਕ ਗੀਤ ਹੈ ਉਹਦੇ 'ਚ ਹੁੰਦਾ ਸੀ ਵੀ ਸੱਜਣ ਜੀ ਉਦੋਂ ਤੁਸੀਂ ਬੇਸ਼ੱਕ ਦੇਖਿਓ ਵੀ ਉਦੋਂ ਤੁਸੀਂ ਕਿਉਂ ਨਹੀਂ ਆਏ, ਵੀ ਮੈਂ ਤਾਂ ਮੀਡੀਆ ਨੂੰ ਵਾਰ ਵਾਰ ਕਸ਼ਦਾ ਵੀ ਉਦੋਂ ਤੁਸੀਂ ਕਿਉਂ ਨਹੀਂ ਆਏ, ਸਾਨੂੰ ਸਵਾਲ ਕਰਦੇ ਹੋ। ਸਾਡਾ ਜਿਹੜਾ ਕੋਵਿਡ ਦਾ ਪੀਰੀਅਡ ਹੈ, ਅਸੀਂ ਉਹ ਪੀ ਪੀ ਕਿੱਟਾਂ ਪਾ ਕੇ ਜਦੋਂ ਸੰਸਕਾਰ ਕੀਤਾ ਲੋਕਾਂ ਦਾ, 103ਵੀਂ ਵਾਰ ਬਲੱਡ ਹੁਣ ਦਿੱਤਾ ਥੋੜ੍ਹੇ ਦਿਨ ਹੋਏ ਮੁਕੇਰੀਆਂ 'ਚ, ਅਤੇ ਲਾਈਫ ਤਾਂ ਸਾਡੀ ਇੱਦਾਂ ਦੀ ਚੱਲੀ ਸਾਰੀ, ਸਰ ਨਵੀਂ ਗੱਲ ਨਹੀਂ ਹੋਈ। ਸਰ ਇੱਕ ਤੁਹਾਨੂੰ ਹੋਰ ਸਾਡਾ ਸਵਾਲ ਹੈਗਾ ਕਿ ਜਿੱਦਾਂ ਤੁਹਾਡੇ ਵਾਂਗੂ ਬਹੁਤ ਸਾਰੇ ਆਪਣੇ ਸਿਹਤ ਕਰਮਚਾਰੀ ਹੈਗੇ ਆ ਜਾਂ ਅਫਸਰ ਹੈਗੇ ਆ, ਉਹ ਤੁਹਾਡੇ ਵਾਲੀ ਸੋਚ ਕਿਉਂ ਨਹੀਂ ਅਪਣਾਉਂਦੇ? ਦੇਖੋ ਯਾਰ, ਗੱਲ ਪਤਾ ਕੀ ਹੈ, ਡੀ ਐੱਨ ਏ ਹਰੇਕ ਦਾ, ਤੁਹਾਡਾ ਡੀ ਐੱਨ ਏ ਮੇਰੇ ਨਾਲ ਨਹੀਂ ਮੈਚ ਕਰਦਾ। ਤੁਹਾਡੇ 'ਚ ਜਿੰਨੀ ਬੋਲਡ ਹੋਣਾ, ਬੋਲਡਨੈਸ ਆ, ਉਹ ਮੇਰੇ 'ਚ ਨਹੀਂ ਹੋ ਸਕਦੀ। ਦਾਤਾ ਜੀ 'ਚ ਜਿੰਨੀ ਆ, ਹਰ ਬੰਦਾ ਆਪਣੇ ਆਪ 'ਚ ਇੱਕ ਵਿਲੱਖਣ ਹੈ, ਰੱਬ ਨੇ ਬਣਾਇਆ। ਤੁਸੀਂ ਕਿਸੇ ਨਾਲ ਕਿਸੇ ਦਾ ਕੰਪੈਰੀਜ਼ਨ ਨਹੀਂ ਕਰ ਸਕਦੇ। ਹਾਂ, ਜਿਹੜਾ ਤੁਸੀਂ ਉਹ ਬੰਦਿਆਂ 'ਚ ਖੋ ਸਕਦਾ, ਉਹਦੇ 'ਚ ਕੋਈ ਇੱਦਾਂ ਦੇ ਗੁਣ ਹੋਣ ਜਿਹੜੇ ਮੇਰੇ 'ਚ ਨਾ ਹੋਣ। ਕਈ ਵਾਰੀ ਬੰਦਾ ਡਰਿੰਕ ਬਹੁਤ ਕਰਦਾ, ਪਰ ਉਹ ਮੇਰੇ ਪਿੰਡ ਦਾ ਵੀ ਸੀਗਾ ਇੱਕ ਡੱਫਰ ਤੋਂ, ਉਹ ਮੈਂ ਦੇਖਦਾ ਹੁੰਦਾ ਸੀ, ਸਾਡੇ ਟੀਚਰ ਸੀ ਮਾਸਟਰ, ਮੇਰੇ ਗੁਆਂਢੀ ਵੀ ਸੀ, ਉਹ ਡਰਿੰਕ ਕਰਦੇ ਸੀ, ਲੋਕ ਕਹਿੰਦੇ ਵੀ ਉਹ ਸ਼ਰਾਬ ਸ਼ਰੂਬ ਪੀ ਲੈਂਦੇ। ਪਰ ਮੈਂ ਜਦੋਂ ਮੇਰੇ ਕੋਲ ਰਾਤ ਨੂੰ ਕੋਈ ਮਰੀਜ਼ ਆਉਣਾ ਤਾਂ ਉਹ ਉਹਨੇ 12 ਵਜੇ 1 ਵਜੇ ਉੱਠ ਕੇ ਆ ਜਾਣਾ, ਉਹਦੇ 'ਚ ਇੰਨੀ ਉਹਦਾ ਇਮੋਸ਼ਨਲ ਇੰਨਾ ਸੇਵਾ ਉਹਦੇ 'ਚ ਇੱਦਾਂ ਹੁੰਦਾ ਸੀ। ਸੋ ਜਿਹਦੇ 'ਚ ਵੀ ਉਹਨਾਂ 'ਚ ਹੋ ਸਕਦਾ ਹੋਰ ਗੁਣ, ਪਰ ਇਹ ਮੈਂ ਕਹਿੰਦਾ ਫੂਡ ਸੈਂਪਲਿੰਗ ਦਾ ਕੰਮ ਜਿਹੜਾ ਥੋੜ੍ਹਾ ਜਿਹਾ ਫੌਜਦਾਰੀ ਵਾਲਾ ਆ, ਥੋੜ੍ਹਾ ਪੁਲਿਸ ਵਾਲਾ, ਨਾਕੇ ਵੀ ਲਾਉਣੇ ਤੜਕੇ, ਤੁਹਾਨੂੰ ਕਿ ਗਲ ਵੀ ਪੈਂਦੇ ਆ ਲੋਕੀ, ਕਿਉਂਕਿ ਸਾਡਾ ਐਨਫੋਰਸਮੈਂਟ ਦਾ ਕੰਮ ਹੈ, ਅਸੀਂ ਜਾ ਕੇ ਲੋਕਾਂ ਨੂੰ ਐਵੇਂ ਕੋਈ ਇੱਦਾਂ ਨਹੀਂ ਕਥਾ ਨਹੀਂ ਮੈਂ ਕਰਦਾ। ਸੋ ਜਿਹੜੇ ਬੰਦੇ ਉਹ ਗਲਤ ਧੰਦੇ 'ਚ ਇਨਵੋਲਵ ਹੈ, ਉਹ ਤੁਹਾਡੇ ਉਹਨਾਂ ਦੇ ਜਦੋਂ ਸੱਟ ਲੱਗਦੀ ਆ, ਜਿਹੜੇ ਇੱਕ ਸਿੰਡੀਕੇਟ ਬਣਾ ਲਿਆ ਜਿੱਦਾਂ ਅਲੱਗ, ਜਿੱਦਾਂ ਨੈਕਸਸ ਬਣ ਗਿਆ, ਉਹਨਾਂ ਨੂੰ ਜਦੋਂ ਥੋੜ੍ਹਾ ਚੋਟ ਲੱਗਦੀ ਆ ਤਾਂ ਉਹ ਫਿਰ ਥੋੜ੍ਹਾ ਰਿਵੈਂਜਫੁੱਲ ਹੋ ਕੇ ਤੁਹਾਡੇ ਪ੍ਰਤੀ ਨਾ, ਜਿੱਦਾਂ ਬੰਦਾ ਗਲ ਪੈਂਦਾ, ਗਲਤ ਝੂਠਾ ਬੰਦਾ ਕਈ ਵਾਰ ਦੂਜੇ ਦੇ ਗਲ ਪੈਂਦਾ, ਉਹ ਚੀਜ਼ਾਂ ਹਰੇਕ 'ਚ ਨਹੀਂ ਹੋ ਸਕਦੀਆਂ। ਮੇਰੇ 'ਚ ਹੈਗੀਆਂ, ਮੈਂ ਪਿੰਡ 'ਚ ਰਿਹਾ, ਕੁਛ ਇੱਦਾਂ ਦਈਆਂ, ਨੰਗ ਪੁੱਤ ਚੋਰਾਂ 'ਚ ਖੇਲੇ। ਅੱਛਾ ਸਰ, ਸਾਡਾ ਇੱਕ ਹੋਰ ਅਹਿਮ ਸਵਾਲ ਹੈ ਕਿ ਜਿੱਦਾਂ ਕਿ ਤੁਸੀਂ 2 ਨੰਬਰ ਦਾ ਕੰਮ ਬੰਦ ਕਰਾਉਂਦੇ ਹੈਗੇ, ਇੱਦਾਂ ਤਾਂ 2 ਨੰਬਰ ਦਾ ਕੰਮ ਕਰਨ ਵਾਲਿਆਂ ਵੱਲੋਂ ਤੁਹਾਨੂੰ ਬਹੁਤ ਸਾਰੀਆਂ ਧਮਕੀਆਂ ਜਾਂ ਠੇਸ ਪਹੁੰਚਾਈ ਜਾਂਦੀ ਜਾ ਸਕਦੀ ਹੈ, ਉਹਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ? ਇਹਦੇ 'ਤੇ ਨਾ ਪਤਾ ਕੀ ਆ, ਧਮਕੀਆਂ ਧਮਕੀਆਂ ਦੀ ਬਹੁਤੀ ਗੱਲ ਨਾ ਕਰੀਏ, ਇੱਧਰ ਨੂੰ ਨਾ ਤੁਰੀਏ, ਆਪਾਂ ਗੱਲ ਕਰੀਏ, ਸਾਡਾ ਫੋਕਸ ਸੇਵਾ 'ਤੇ ਹੋਣਾ ਚਾਹੀਦਾ, ਆਪਾਂ ਉੱਥੇ ਕਈ ਰਹੀਏ। ਇਹ ਜਦੋਂ ਥਰੈਟਸ ਫਰੂਟਸ ਦੀ ਤੁਸੀਂ ਜ਼ਿਆਦਾ ਚਰਚਾ ਕਰੋਗੇ, ਵਿਚਾਰੇ ਕਈਆਂ ਦੇ ਹੌਸਲੇ ਡਿੱਗ ਜਾਣੇ ਕੰਮ ਕਰਨ ਤੋਂ, ਵੀ ਪਤਾ ਨਹੀਂ ਕਿੱਡਾ ਕਿਹਦੇ 'ਚ ਖਤਰਾ ਆ। ਜੇ ਕੋਈ ਹੋਊਗਾ, ਜਦੋਂ ਮਰਨਾ ਮਾਰੀ ਜਾਣਾ ਯਾਰ, ਤੁਸੀਂ ਦੱਸੋ ਵੀ ਡੇਲੀ ਕਿੰਨੀ ਮੋਰਟੈਲਿਟੀ ਹੋ ਰਹੀ ਆ। ਪਿੱਛੇ ਜੇ ਇੱਕ ਟ੍ਰੇਨ ਦਾ ਕੋਲੀਜਨ ਹੋਈ, ਐਕਸੀਡੈਂਟ ਟ੍ਰੇਨ ਦਾ ਹੋਇਆ, 14 ਬੰਦੇ ਉੱਥੇ ਆਉਂਦਾ ਸਪੋਟ ਮਰ ਗਏ ਯਾਰ, ਉਹਨਾਂ ਨੇ ਸੈਂਪਲ ਭਰੇ ਕਿਸੇ ਦੇ, ਉਹਨਾਂ ਨੇ ਕੋਈ ਫੂਡ ਸੈਂਪਲਿੰਗ ਕੀਤੀ। ਮੌਤ ਅਟਲ ਸੱਚਾਈ ਆ, ਔਰ ਇਹ ਕਦੀ ਵੀ ਆ ਜਾਣੀ ਆ, ਇੱਥੋਂ ਉੱਥੇ ਮੋੜ 'ਤੇ ਕਿ ਜਾਂਦੇ ਆ, ਪਤਾ ਨਹੀਂ ਕਿਹਨੇ ਕਿੱਦਾਂ ਖਤਮ ਹੋ ਜਾਣੀ ਕਹਾਣੀ। ਇਹਨੂੰ ਲੈ ਕੇ ਆਪਣੇ ਜਿਹੜੇ ਨਾ ਜਜ਼ਬਾ ਆ ਆਪਣਾ ਸੇਵਾ ਦਾ, ਉਹਦੇ 'ਚ ਖੜੋਤ ਨਹੀਂ ਆਉਣੀ ਚਾਹੀਦੀ, ਢਿੱਲਾ ਨਹੀਂ ਪੈਣਾ ਚਾਹੀਦਾ, ਕਮਜ਼ੋਰੀ ਨਹੀਂ ਦਿਖਾਉਣੀ ਚਾਹੀਦੀ। ਇਹਨੂੰ ਨਾ ਜ਼ਿਕਰ ਕਰੀਏ ਧਮਕੀਆਂ ਤੋਂ, ਥਰੈਟਸ ਇਹ ਲਾਈਫ ਦਾ ਇੱਕ ਪਾਰਟ ਹੈ, ਇਹ ਆਉਂਦਾ ਰਹੇ ਜਾਂਦਾ ਰਹੇ, ਕੋਈ ਗੱਲ ਨਹੀਂ। ਠੀਕ ਹੈ।
ਅਤੇ ਸਰ ਤੁਸੀਂ ਜਿਹੜੀ ਆਮ ਪਬਲਿਕ ਜੋ ਕਿ ਜਿੱਦਾਂ ਕਿ ਤੁਸੀਂ ਕੱਲ੍ਹ ਇੱਕ ਵੀਡੀਓ ਦੇਖ ਚਾਹੋਗੇ ਕਿ ਉਹ ਕਿੱਦਾਂ ਦੀਆਂ ਚੀਜ਼ਾਂ ਖਾਣ ਚੀਨੀ ਤੇ ਥੋੜ੍ਹੀ ਜਿਹੀ ਤਾਂ ਗੱਲ ਪੂਰੀ ਕਰ ਲਓ ਜਿਹੜੀ ਸ਼ੁਰੂ ਕੀਤੀ ਚੀਨੀ ਦੀ ਜਿਹੜੀ ਗੱਲ ਆ ਨਾ ਮੈਂ ਵਾਰ ਵਾਰ ਕਹਿੰਦਾ ਵੀ ਲੋਕ ਜਿਹੜਾ ਦੇਸੀ ਗੁੜ ਦੇਸੀ ਤੁਸੀਂ ਲਿਖ ਕੇ ਲਾਓ ਵੀ ਇੱਥੇ ਗੁੜ ਖੰਡ ਵਾਲਾ ਗੁੜ ਦਿੰਦੇ ਅਸੀਂ ਲਿਖੋ ਲੋਕ ਖਰੀਦਣਾ ਖਰੀਦਣ ਖੰਡ ਵਾਲਾ ਨਹੀਂ ਖਰੀਦਣਾ ਨਾ ਖਰੀਦਣ ਆਪਾਂ ਇਨਗਰੀਡੀਐਂਟ ਨਹੀਂ ਲਿਖਦੇ ਵੀ ਸਾਡੀ ਚੀਜ਼ 'ਚ ਆਹ ਆ ਲੇਬਲ ਲੱਗਾ ਇਹਦੇ 'ਚ ਆਹ ਚੀਜ਼ ਹੈਗੀ ਤੁਸੀਂ ਲਿਖੋ ਖੰਡ ਇੰਨੀ ਪਾਉਂਦੇ ਆ ਯਾਰ ਜਦੋਂ ਤੁਹਾਡੇ ਕੋਲ ਬੰਦਾ ਆਉਂਦਾ ਉਹ ਕਹਿੰਦਾ ਮੈਂ ਗੁੜ ਵਾਲੀ ਚਾਹ ਪੀਣੀ ਆ ਉਹ ਬੰਦਾ ਘਰ ਜਾ ਕੇ ਕਹਿੰਦਾ ਮੈਂ ਸ਼ੱਕਰ ਘਿਓ ਦੇਸੀ ਘਿਓ ਸ਼ੱਕਰ ਪਾ ਕੇ ਖਾਣਾ ਉਹ ਬੰਦਾ ਜਦੋਂ ਚੌਲਾਂ 'ਚ ਵੀ ਸਾਡੇ ਸ਼ੱਕਰ ਪਾ ਕੇ ਖਾਂਦਾ ਉਹ ਯਾਰ ਸ਼ੱਕਰ ਪਾ ਕੇ ਖਾਂਦਾ ਉਹਨੂੰ ਚਾਹ ਆ ਮੈਂ ਦੇਸੀ ਗੁੜ ਖਾਣਾ ਤੁਸੀਂ ਖੰਡ ਬਣਾਤੀ ਉਹਨੂੰ ਉਹ ਸਿਰਫ ਦੇਖਣ ਨੂੰ ਹੀ ਆ ਉਹਦੀ ਅਪੀਅਰੈਂਸ ਤੋਂ ਗੁੜ ਹੈ ਬੇਸਿਕਲੀ ਜੋ ਤੁਸੀਂ ਗੁਣਵੱਤਾ ਹੈ ਸਾਰੇ ਨਹੀਂ ਕਰਦੇ ਸਾਡੇ ਅੱਜ ਵੀ ਪੰਜਾਬ 'ਚ ਸਾਡੇ ਪਿੰਡਾਂ 'ਚ ਸਾਡੇ ਹੋਰ ਵੀ ਕਈ ਜਗ੍ਹਾ ਬੜਾ ਵਧੀਆ ਗੁੜ ਬਣਾ ਰਹੇ ਆ ਪਰ ਜਿਹੜੇ ਜ਼ਿਆਦਾ ਪ੍ਰੈਕਟਿਸ ਇੱਧਰ ਨੂੰ ਤੁਰ ਪਈ ਅਸੀਂ ਚਾਹੁੰਦੇ ਇਹ ਖਤਮ ਹੋਵੇ ਇਸ ਗੱਲ ਨੂੰ ਇਹਨੂੰ ਵਿਸ਼ਰਾਮ ਲੱਗਣਾ ਚਾਹੀਦਾ ਇੱਦਾਂ ਨਹੀਂ ਗੱਲ ਬਣਨੀ ਇੱਦਾਂ ਤਾਂ ਜਾ ਹੀ ਜਾਊਗਾ ਜਿਹੜੇ ਦੋ ਚਾਰ ਹੋਰ ਰਹਿੰਦੇ ਉਹ ਵੀ ਸ਼ੁਰੂ ਕਰ ਦੇਣਗੇ ਕੱਲ੍ਹ ਨੂੰ ਕਿਉਂਕਿ ਖੰਡ ਸਸਤੀ ਔਰ ਬਿਲਕੁਲ ਘਟੀਆ ਦਰਜੇ ਦੀ ਆ ਦੇਖੋ ਗੁੜ 'ਚ ਸ਼ੱਕਰ ਜਿਹੜੀ ਚੀਨੀ ਪਾਊਗਾ ਨਾ ਉਹ ਬੰਦਾ ਇਹ ਸੋਚ ਕੇ ਪਾਊਗਾ ਵੀ ਉਹਨੂੰ ਸਸਤੀ ਪਵੇ ਗੁੜ ਨਾਲੋਂ ਉਹ ਫਿਰ ਸਸਤੀ ਦੇ ਆੜ ਵਿੱਚ ਬਹੁਤ ਮਿਆਰ ਥੱਲੇ ਡਿੱਗ ਜਾਣਾ ਔਰ ਸਭ ਤੋਂ ਵੱਡੀ ਗੱਲ ਹੈ ਅਸੀਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜਾ ਸਸਤੇ ਸੁਸਤੇ ਦੀ ਬਹੁਤੀ ਆੜ 'ਚ ਨਾ ਯਾਰ ਪਾਓ ਜਦੋਂ ਤੁਸੀਂ ਪਨੀਰ 200 ਰੁਪਏ ਵਾਲਾ ਖਾਣ ਪੀਣ ਤੁਰ ਪੈਣਾ ਅਨਾਰ ਦਾ ਜੂਸ 30 ਰੁਪਏ ਦਾ ਪੀਣ ਤੁਰ ਪੈਣਾ ਯਾਰ ਤੁਹਾਨੂੰ ਸਮਝ ਅਕਲ ਨੂੰ ਕੀ ਹੋ ਗਿਆ ਇੱਕ ਅਨਾਰ 25 ਰੁਪਏ 35 ਰੁਪਏ ਦਾ ਹੁੰਦਾ ਤੁਹਾਨੂੰ ਅਨਾਰ ਦਾ ਜੂਸ ਕਿੱਦਾਂ ਦੇ ਦੂੰ ਤੁਹਾਨੂੰ ਦੁੱਧ ਚੁਆਵਾਂ ਦੁੱਧ ਲੈ ਕੇ ਤੁਹਾਡੇ 5 ਕਿਲੋ ਦੁੱਧ 5 ਲੀਟਰ 'ਚੋਂ 1 ਕਿਲੋ ਪਨੀਰ ਨਿਕਲਦਾ 60 ਰੁਪਏ 55 ਤੁਹਾਡਾ ਦੁੱਧ ਲੀਟਰ ਹੈ ਯਾਰ 300 350 ਤੋਂ ਘੱਟ ਪੁੱਗਣਾ ਹੀ ਨਹੀਂ ਪਨੀਰ ਸਹੀ ਪਨੀਰ ਮਿਆਰੀ ਪਨੀਰ ਮਤਲਬ ਲੋਕਾਂ 'ਚ ਕਿਉਂ ਸ਼ੁਰੂ ਹੋ ਗਿਆ ਆ ਜਿਹੜਾ ਗਲਾਸਾਂ ਵਾਲਾ ਪਾਣੀ ਵਿਕੀ ਜਾਂਦਾ ਥਾਂ ਥਾਂ ਪਿਲਾਈ ਜਾਂਦੇ ਮੇਰੇ ਹੁਣ ਵੀ ਪਿਲਾਉਂਦੇ ਆ ਉਹ ਜਦ ਉਹ 'ਤੇ ਐਕਸਪਾਇਰੀ ਨਹੀਂ ਲਿਖੀ ਉਹ 'ਤੇ ਡੇਟ ਐਡਰੈਸ ਨਹੀਂ ਕਿਹਨੇ ਪੈਕ ਕੀਤਾ ਲਿਖਿਆ GT ਰੋਡ ਪੰਜਾਬ ਇੰਡੀਆ ਯਾਰ ਕੱਲ੍ਹ ਨੂੰ ਕੁਛ ਹੋ ਜਾਵੇ ਪਾਣੀ ਪੀ ਕੇ ਕਿਹਨੂੰ ਫੜੂੰਗੇ ਦੱਸੋ ਉਸ ਪਾਣੀ 'ਤੇ ਕੋਈ ਐਡਰੈਸ ਹੀ ਨਹੀਂ ਕਿਹਨੇ ਪੈਕ ਕੀਤਾ ਕਿੱਥੇ ਪਤਾ ਨਹੀਂ ਕੋਠੀ 'ਚ ਕਿਹਦੇ ਪਾਸੇ ਜਿਹੇ ਬਹਿ ਕੇ ਭਰੀ ਜਾਂਦੇ ਆ ਛੋਟਾ ਜਿਹਾ ਮਸ਼ੀਨਰੀ ਲਾਈ ਆ ਅੱਛਾ ਸਰ ਇੱਕ ਤੁਹਾਨੂੰ ਹੋਰ ਅਹਿਮ ਸਵਾਲ ਆ ਕਿ ਜਿੱਦਾਂ ਕਿ ਅੱਜ ਸਾਡੇ ਪੰਜਾਬ ਦੇ ਵਿੱਚ ਦੁੱਧ ਵੇਚ ਤਾਂ ਬਹੁਤ ਜ਼ਿਆਦਾ ਜਿੱਦਾਂ ਤੁਸੀਂ ਦੱਸ ਕੇ ਕਿ ਦੋਧੀਆਂ ਨੇ ਮੇਰਾ ਘਰਾਓ ਕੀਤਾ ਅਤੇ ਜੋ ਇੱਕ ਅੱਜ ਕੱਲ੍ਹ ਪੈਕਟਾਂ ਦੇ ਵਿੱਚ ਦੁੱਧ ਆ ਰਿਹਾ 90 ਦਿਨ ਖਰਾਬ ਨਹੀਂ ਹੁੰਦਾ ਉਹ ਇਹੋ ਜਿਹੀ ਕਿਹੜੀ ਚੀਜ਼ ਤੋਂ ਤਿਆਰ ਕੀਤਾ ਜਾਂਦਾ ਜੇ ਉਹਦੇ ਬਾਰੇ ਸਾਨੂੰ ਸਾਡੇ ਦਰਸ਼ਕ ਵੀਰਾਂ ਨੂੰ ਦੇਖੋ ਉਹ ਦੁੱਧ ਜਿਹੜਾ ਨਾ ਮੇਰੇ ਮੈਂ ਜੋ ਤਜਰਬਾ ਕੀਤਾ ਬਹੁਤ ਘੱਟ ਸਿੰਥੈਟਿਕ ਦੁੱਧ ਜਿਹੜਾ ਅਨਸੇਫ ਜਿਹੜਾ ਉਹ ਬਹੁਤ ਘੱਟ ਸੈਂਪਲ ਆਏ ਸਾਡੇ ਜਿਹੜੀ ਪ੍ਰੈਕਟਿਸ ਆ ਨਾ ਉਹ ਪਾਊਡਰ ਮਿਲਕ ਦੀ ਆ ਪਾਣੀ ਜ਼ਿਆਦਾ ਪਾਉਣ ਦੀ ਆ ਇਹੋ ਜਿਹੀ ਅਡਲਟਰੇਸ਼ਨ ਜ਼ਿਆਦਾ ਆ ਜਿਹੜਾ ਸਿੰਥੈਟਿਕ ਮਿਲਕ ਹੈ ਨਾ ਉਹ ਜਿੰਨੇ ਕੁ ਮੈਂ ਸੈਂਪਲ ਭਰੇ ਜੇ ਸਾਡੇ ਇੱਥੇ ਚੱਲਣ ਘੱਟ ਹੈ ਜਿਹੜੇ ਸਿੰਥੈਟਿਕ ਦੁੱਧ ਬਣਾਉਂਦੇ ਉਹਨਾਂ ਦੇ ਕੋਲ ਬਹੁਤ ਕੁਛ ਆ ਉਹ ਦੇਸੀ ਘਿਓ ਵੀ ਰਿਫਾਇੰਡ ਤੋਂ ਬਣਾਉਂਦੇ ਆ ਇਸੈਂਸ ਪਾਉਂਦੇ ਆ ਅਤੇ ਉੱਦਾਂ ਦਾ ਥੋੜ੍ਹਾ ਸਮੈਲ ਆਉਣ ਲੱਗ ਪੈਂਦੀ ਆ ਮੈਂ ਇੱਕ ਗੱਲ ਕਰਦਾ ਜਿਹਨਾਂ ਜੇ ਬਈ ਆਪਾਂ ਧਾਰਮਿਕ ਆ ਨਾ ਸਾਡਾ ਬੰਦਾ ਕੋਈ ਨਾਸਤਿਕ ਤਾਂ ਸਾਡੇ ਮੁਲਕ 'ਚ ਹੈ ਨਹੀਂ ਪਰ ਮੈਂ ਜਦੋਂ ਸੈਂਪਲ ਭਰਨ ਜਾਂਦਾ ਅਤੇ ਉੱਥੇ ਮੈਂ ਕਹਿੰਦਾ ਯਾਰ ਦੇਸੀ ਘਿਓ ਦਾ ਸੈਂਪਲ ਲੈਣਾ ਤੇਰਾ ਉਹ ਕਹਿੰਦਾ ਇਹ ਤਾਂ ਜੋਤ ਲਈ ਰੱਖਿਆ ਜੀ ਵੀ ਭਗਵਾਨ ਨੂੰ ਯਾਰ ਸ਼ੁੱਧ ਚੀਜ਼ ਦਿਓ ਤੁਸੀਂ ਉਹ ਤਾਂ ਸਾਡੇ ਤੋਂ ਜ਼ਿਆਦਾ ਸ਼ੁੱਧ ਜਾਓ ਜਿੱਥੇ ਭਗਵਾਨ ਨਾਲ ਹੀ ਮਜ਼ਾਕ ਕਰਦੇ ਹਾਂ ਆਪਾਂ ਯਾਰ ਭਗਵਾਨ ਲਈ ਇੱਦਾਂ ਦੇ ਵਰਤਦੇ ਹਾਂ ਭਗਵਾਨ ਇਹ ਵੀ ਜੋਤ ਲਈ ਰੱਖਿਆ ਯਾਰ ਜੋਤ ਲਈ ਤਾਂ ਬਹੁਤ ਪਿਓਰ ਹੋਣਾ ਚਾਹੀਦਾ ਰੱਬ ਆਹ ਤੁਹਾਨੂੰ ਸਭ ਕੁਝ ਦੇ ਰਿਹਾ ਤੁਹਾਨੂੰ ਘੇ ਦੇ ਰਿਹਾ ਸੋ ਮੈਂ ਇਹ ਕਹਿੰਦਾ ਅਤੇ ਇਹ ਵੀ ਕੰਸੈਪਟ ਜਿੰਨਾ ਚਿਰ ਅੰਦਰ ਨਹੀਂ ਨਾ ਪਰਿਵਰਤਨ ਆਉਂਦਾ ਉਹਨਾਂ ਚਿਰ ਗੱਲ ਨਹੀਂ ਜੇ ਬਣਦੀ ਭਾਵੇਂ ਜਿੰਨਾ ਮਰਜ਼ੀ ਧਰਮ ਦਾ ਤੁਸੀਂ ਕਰੋ ਧਰਮ ਤੁਹਾਡੇ ਕਰਮ 'ਚ ਨਜ਼ਰ ਆਉਣਾ ਚਾਹੀਦਾ ਕਰਮ 'ਚ ਵੀ ਰਿਫਲੈਕਟ ਹੋਵੇ ਠੀਕ ਹੈ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸਮਾਂ ਦੇਣ ਲਈ ਇਹ ਸਨ ਸਾਡੇ ਨਾਲ ਡਾਕਟਰ ਲਖਵੀਰ ਸਿੰਘ ਜੀ ਗੜ੍ਹਦੀ ਵਾਲਾ ਏਰੀਏ ਤੋਂ ਆਸ ਕਰਦੇ ਕਿ ਸਾਡੀਆਂ ਪਹਿਲੀਆਂ ਵੀਡੀਓ ਵਾਂਗੂ ਇਹ ਵੀਡੀਓ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿਓਗੇ